ਆਪਣੇ ਸਵਾਗਤ ਦਾ ਕਰ ਰਹੇ ਨੇ ਮੰਤਰੀ। ਇਸ ਵਾਰ ਸ਼ੀਸ਼ ਨਾਲ ਨਹੀਂ, ਸ਼ਾਇਦ ਕਿਸੇ ਪ੍ਰੇਮਿਕਾ ਦੀ ਜੰਮੀ ਹੈ ਅਤੇ ਮਧਾਣੀ ਦੀ ਥਾਂ ਮੰਤਰਾਂਚਲ ਪਰਬਤ ਵਾਂਗ ਹੈ। ਵਰਤਮਾਨ ਸਮੇਂ ਦੀ ਸੋਚ ਮਿਲਾਪ ਦੇ ਕਟੋਰੇ 'ਚੋਂ ਕਾਮ ਦਾ ਅੰਮ੍ਰਿਤ ਤਾਂ ਸਾਰੇ ਪੀਣਾ ਚਾਹੁੰਦੇ ਨੇ ਅਤੇ ਸਾਰੇ ਪੀ ਲੈਣਗੇ। ਪਰ ਇਹ ਸ਼ਿਵ ਵਿਰਾਹ ਦੇ ਘੜੇ 'ਚ ਭਰੇ ਗਮਾਂ ਦੇ ਜ਼ਹਿਰ ਦਾ ਦਾਵੇਦਾਰ ਤੇਰੇ ਤੋਂ ਬਗੈਰ ਹੋਰ ਕੋਈ ਵੀ ਨਹੀਂ, ਤੇਰੇ ਤੋਂ ਬਗੈਰ ਹੋਰ ਕੋਈ ਨਹੀਂ। ਇੱਕ ਕਵਿਤਾ ਗਾਹਾਂ ਵਾਲੀ ਬੜੀ ਬੋਲ ਜਿਹੜੀ ਆ, ਹੋ ਸਕਦਾ ਕਿਸੇ ਨੂੰ ਪਸੰਦ ਨਾ ਵੀ ਆਵੇ ਇਸ ਗੱਲ ਵਾਲੀ, ਬਾਕੀ ਮਾਫ ਕਰਨਾ ਕਿਤੇ ਆਪਣੀ ਗੱਲ ਵਾਲੀ ਕਵਿਤਾ ਦਾ ਕਹਿੰਦਾ ਨਹੀਂ ਮਾਫ ਕਰ। ਇੱਧਰ ਹੋ ਜਾ। ਸਵੇਰੇ ਮਾਂ ਛੱਡ ਗਈ ਸੀ ਅਰਬਨ ਸਟੇਟ ਵਾਲੇ ਸਟੇਟ ਦੇ ਘਰੇ, ਕਹਿੰਦੀ ਸੀ ਚੱਜ ਨਾਲ ਸਫਾਈ ਕਰੀ ਸ਼ਿਕਾਇਤ ਨਾ ਹੋਵੇ। ਪਰ ਸਟੇਟ ਦੀ ਮੈਲੀ ਨੀਤ ਮੈਥੋਂ ਨਾ ਸਾਫ਼ ਹੋਈ ਅਤੇ ਮਾਂ ਨੂੰ ਡਰਦੀ ਮੈਂ ਰੋ ਵੀ ਨਾ ਸਕੀ। ਜਦੋਂ ਸੇਠ ਨੇ ਪੋਲੇ ਦੇ ਆਣ ਹੋਇਆ ਮੇਰੀਆਂ ਖੂੰਗਰ ਦੀਆਂ ਛਾਤੀਆਂ ਦਾ ਮਾਸ, ਉਂਝ ਮੈਨੂੰ ਮਹਿਸੂਸ ਤਾਂ ਹੋਇਆ ਸੀ ਪਰ ਪਤਾ ਨਹੀਂ ਸੀ ਕਿ ਇਸ ਨੂੰ ਕਹਿੰਦੇ ਨੇ ਬਲਾਤਕਾਰ। ਮੈਂ ਕਿਤਾਬ 'ਚ ਮੂੰਹ ਲੁਕਾਈ ਮਿਲੀਆਂ ਅੱਖਾਂ ਨਾਲ ਚੁੱਪ ਚਾਪ ਪੜ੍ਹਦੀ ਰਹੀ ਸੰਸਕਾਰਾਂ ਦਾ ਪਾਠ। ਦਾਦੀ ਸੀ ਪਤਾ ਲੱਗਾ ਤਾਂ ਪਿਓ ਨੇ ਹਟਾ ਲੈਣਾ ਪੜ੍ਹਨੂੰ ਅਤੇ ਦਸਵੀਂ 'ਚ 3 ਵਾਰ ਫੇਲ ਹੋਇਆ ਪਟਵਾਰੀਆਂ ਦਾ ਮੁੰਡਾ ਫੇਰਦਾ ਰਿਹਾ ਮੇਰੇ ਪੱਟਾਂ ਦੇ ਹੱਥ। ਉਂਝ ਮੈਨੂੰ ਮਹਿਸੂਸ ਤਾਂ ਹੋਇਆ ਸੀ ਪਰ ਪਤਾ ਨਹੀਂ ਸੀ ਕਿ ਕਿਸ ਨੂੰ ਕਹਿੰਦੇ ਨੇ ਬਲਾਤਕਾਰ। ਮੋਮੀਲ ਮਾਫੇ 'ਚ ਵਾਪਸ ਪਾ ਲਏ ਡਿਗਰੀਆਂ ਦੇ ਸਰਟੀਫਿਕੇਟ। ਮੋਮੀਲ ਮਾਫੇ 'ਚ ਵਾਪਸ ਪਾ ਲਏ ਡਿਗਰੀਆਂ ਦੇ ਸਰਟੀਫਿਕੇਟ। ਠੰਡੇ ਦਫ਼ਤਰ 'ਚ ਬੈਠ ਮੇਰੇ ਮੱਥੇ ਤੋਂ ਡਿੱਗ ਮੇਰੀਆਂ ਛਾਤੀਆਂ ਵਿਚਕਾਰ ਲਈ ਰੂੰਹ 'ਚ ਜਾਂਦੀ ਮੁੜਕੇ ਦੀ ਬੂੰਦ ਨੂੰ ਨੀਚ ਨਾਲ ਬਿੰਦੇ ਵੱਡੇ ਸਾਹ ਵੱਲੋਂ ਪੁੱਛੇ ਸਵਾਲ ਦੇ ਜਵਾਬ 'ਚ ਦੱਸ ਦਿੱਤਾ ਮੈਂ ਆਪਣੇ ਸਰੀਰ ਦੇ ਅੰਗਾਂ ਦਾ ਨਾਂ। ਡਰ ਗਈ ਸੀ ਕਿ ਅਗਲੀ ਵਾਰ ਫਿਰ ਮੇਰੇ ਮਾਪਿਆਂ ਨੇ ਨਹੀਂ ਦੇ ਸਕਣਾ ਸ਼ਹਿਰ ਆਉਣ ਲਈ ਕਰਾਇਆ। ਉਂਝ ਮੈਨੂੰ ਮਹਿਸੂਸ ਤਾਂ ਹੋਇਆ ਸੀ ਪਰ ਪਤਾ ਨਹੀਂ ਸੀ ਕਿ ਇਸ ਨੂੰ ਕਹਿੰਦੇ ਨੇ ਬਲਾਤਕਾਰ। ਅੰਦਰ ਆਉਂਦਿਆਂ ਹੀ ਉਹਨੇ ਵਗਾ ਕੇ ਪਰੇ ਮਾਰੀ ਮੇਰੀ ਘੁੰਡ ਵਾਲੀ ਚੁੰਨੀ ਅਤੇ ਆਣ ਸੁੱਟਿਆ ਮੇਰੇ ਬੁੱਲਾਂ 'ਤੇ ਸ਼ਰਾਬ ਦੀ ਸੜਾਉਣ ਵਾਲਾ ਚੂਨ। ਫਿਰ ਮੇਰੇ ਖਵੰਦ ਦੀ ਹੋਸ਼ ਦਰਵਾਜੀ ਹੌਸਲੇ ਤੋੜ ਦਿੱਤਾ ਮੇਰੀ ਸਲਵਾਰ ਦਾ ਗਾਲਾ, ਕਿਉਂਕਿ ਖਿੱਚੋ ਤਾਣੀ 'ਚ ਪੈ ਗਈ ਸੀ ਪਿਛਵੀਂ ਗੰਢ। ਉਹ ਨੋਚਦਾ ਰਿਹਾ ਮੇਰੇ ਕੰਨ ਅਤੇ ਮੈਂ ਡਰਦੀ ਬਚਾਉਂਦੀ ਰਹੀ ਲੀਰੋ ਲੀਰ ਹੂੰ ਬਾਪ ਦੀ ਪੱਗ। ਉਂਝ ਮੈਨੂੰ ਮਹਿਸੂਸ ਤਾਂ ਹੋਇਆ ਸੀ ਪਰ ਪਤਾ ਨਹੀਂ ਸੀ ਕਿ ਇਸ ਨੂੰ ਕਹਿੰਦੇ ਨੇ ਬਲਾਤਕਾਰ। ਅੱਜ ਮੈਂ ਮਕਾਨ ਦੇ ਬਾਹਰ ਲੱਗੀ ਫੱਟੀ ਤੋਂ ਮਾਪਿਆਂ ਦਾ ਰੱਖਿਆ ਨਾਮ ਮਿਟਾ ਕੇ ਲਿਖ ਦਿੱਤਾ ਹੈ ਵੇਸਵਾ ਅਤੇ ਦਾਜ ਵਾਲੇ ਕੰਨ ਤੋਂ ਦਾਦੀ ਮੇਰੀ ਚਾਦਰ ਚੁੱਕ ਕੇ ਪਛਾ ਦਿੱਤੀ ਹੈ ਬੇਸ਼ਰਮੀ ਦੀ ਸਾਫ਼ ਸੁਥਰੀ ਚਾਦਰ। ਅਤੇ ਹੁਣ ਅਰਬਨ ਸਟੇਟ ਵਾਲਾ ਸੇਠ, ਪਟਵਾਰੀਆਂ ਦਾ ਮੁੰਡਾ, ਵੱਡੇ ਦਫ਼ਤਰ ਵਾਲਾ ਸਾਹਿਬ ਅਤੇ ਮੇਰਾ ਸ਼ਰਾਬੀ ਖਵੰਦ ਸਾਰੇ ਹੀ ਬੜੇ ਸਭਿਅਕ ਹੋ ਗਏ ਨੇ। ਉਂਝ ਹੁਣ ਮੈਨੂੰ ਮਹਿਸੂਸ ਤਾਂ ਨਹੀਂ ਹੁੰਦਾ ਪਰ ਚੰਗੀ ਤਰ੍ਹਾਂ ਪਤਾ ਹੈ ਕਿ ਇਹਨੂੰ ਕਹਿੰਦੇ ਨੇ ਬਲਾਤਕਾਰ, ਇਹਨੂੰ ਕਹਿੰਦੇ ਨੇ ਬਲਾਤਕਾਰ। ਨਾ ਜੀ ਨਾ ਜੀ ਨਾ ਕਰ ਗਿਆ ਬਲਾਤਕਾਰ ਆ ਗਿਆ ਮੁੰਡਾ ਯਾਰ।